ਸਨ 1965 ਅਤੇ 1971 ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਜੰਗ ਲੱਗੀ ਤਾਂ ਉਸ ਵੇਲੇ ਇੱਕ ਪਿੰਡ ਜਿਹੜਾ ਫਾਜ਼ਿਲਕਾ ਦਾ ਪਿੰਡ ਸੀ ਉਹ ਪੂਰਾ ਪਾਕਿਸਤਾਨੀਆਂ ਦੇ ਕਬਜ਼ੇ ਦੇ ਵਿੱਚ ਆ ਗਿਆ ਸੀ। ਪਿੰਡ ਵਾਲੇ ਜਦੋਂ ਇੱਥੇ ਸੀਗੇ ਤੇ ਜੰਗ ਲੱਗੀ, ਉਸ ਤੋਂ ਬਾਅਦ ਕੀ ਹਾਲਾਤ ਹੋਏ, ਤਮਾਮ ਜਾਣਕਾਰੀ ਲਵਾਂਗੇ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਪਿੰਡ ਵਾਲੇ। ਸਰ, ਕੀ ਕੁਝ ਹੋਇਆ ਸੀ ਜਦੋਂ ਜੰਗ ਲੱਗੀ? 65 ਦੀ ਜੰਗ ਲੱਗੀ, ਅਸੀਂ ਮੈਂ ਸਕੂਲ ਗਿਆ ਹੋਇਆ ਸੀ, 11ਵੀਂ 'ਚ ਪੜ੍ਹਦਾ ਸੀ, ਅਤੇ ਸਾਨੂੰ 3:30 ਵਜੇ ਛੁੱਟੀ ਹੋ ਗਈ, 4 ਵਜੇ ਹੋਣੀ ਸੀ। ਪਹਿਲੇ ਅੰਮ੍ਰਿਤਸਰ ਬਾਰਡਰ ਖੁੱਲ੍ਹ ਗਿਆ ਸੀ ਅਤੇ ਟੀਚਰਾਂ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਘਰ ਦੌੜ ਜਾਓ। ਜਦੋਂ ਮੈਂ ਘਰ ਆ ਕੇ ਪਹੁੰਚਿਆ ਹੀ ਸੀ, ਥੋੜ੍ਹੀ ਦੇਰ ਹੋਈ, ਕੋਈ ਅੱਧਾ ਘੰਟਾ ਹੋਇਆ, ਕੱਪੜੇ ਕੁਪੜੇ ਬਦਲ ਕੇ ਮੈਂ ਛੱਤ ਦੇ ਉੱਤੇ ਟਹਿਲ ਰਿਹਾ ਸੀ ਅਤੇ ਇੱਕਦਮ ਇੱਧਰੋਂ ਫਾਇਰਿੰਗ ਹੋਈ। ਫਾਇਰਿੰਗ ਹੋਈ ਤਾਂ ਲੋਕਾਂ ਨੇ ਕਿਸੇ ਕੋਈ, ਚਾਹੇ ਕੋਈ ਰੋਟੀ ਬਣਾ ਰਿਹਾ ਸੀ, ਕੋਈ ਕੋਈ ਸਭ ਕੁਝ ਯਹਾਂ ਛੱਡ ਕੇ ਦੌੜ ਗਏ। ਹਮਾਰੇ ਕਈ ਖੇਤ ਮੇ ਜੋ ਭਾਈ ਸਾਹਿਬ ਕੋਈ ਗਏ ਥੇ ਗਾਂਵ ਵਾਲੇ, ਉਹ ਖੇਤੋਂ ਮੇ ਸਿੱਧੇ ਉਧਰ ਹੀ ਹੋ ਗਏ। ਹੈਂ, ਬਾਕੀ ਸਾਰਾ ਸਮਾਨ ਇੱਧਰ ਜੈਸੇ ਥਾ, ਰੋਟੀ ਅਗਰ ਤੋਵੇ ਪਰ ਪੜੀ ਤਾਂ ਉਹ ਵੀ ਰਹਿ ਗਈ, ਸੰਦੂਕ ਪਸ਼ੂ ਜੋ ਵੀ ਆ ਯਹਾਂ ਕਰ ਸਭ ਛੋੜ ਗਏ, ਕੋਈ ਨਹੀਂ ਲੈ ਕੇ ਗਏ ਸਭ। ਉਸਕੇ ਬਾਅਦ ਕਿਆ ਹੋਇਆ ਜਬ ਆਪ ਵਾਪਸ ਇਸ ਗਾਂਵ ਮੇ ਆਏ, ਉਸਕੇ ਬਾਅਦ ਕਿਆ ਹੋਇਆ? ਵਾਪਸ ਆਏ ਤੋ ਯਹਾਂ ਬਜ਼ੁਰਗੋਂ ਨੇ ਬਸਾਇਆ ਗਾਂਵ, ਯਾ ਕੁਛ ਨਹੀਂ ਮਿਲਾ, ਨਾ ਦਰਖਤ ਮਿਲਾ, ਨਾ ਟਿਊਬਵੈਲ ਮਿਲੇ। ਉਹ ਆਗੇ ਖੀਪੋਂ ਵਾਲੀ ਕੈਂਪ ਲਗਾ ਥਾ, ਵਹਾਂ ਰਹੇ ਥੇ, ਸਭ ਸਾਮਾਨ ਸਭ ਲੈ ਗਏ ਪਾਕਿਸਤਾਨ ਵਾਲੇ। ਹਾਂ, ਸਾਰਾ ਈਟ ਨਲਕਾ ਸਭ ਉਖਾੜ ਕੇ ਲੈ ਗਏ, ਉਹ ਕੁਛ ਨਹੀਂ ਛੋੜਾ ਜੀ। ਸਨ 71 ਮੇ ਹੈ, ਜੋ ਦਰਖਤ ਦੁਰਖਤ ਕਾਟ ਲੈ ਗਏ, ਕੇਰੀਆ ਯਹਾਂ ਸੇ 1-2 ਕਿਲੋਮੀਟਰ ਹੈ, 1 ਕਿਲੋਮੀਟਰ ਤੱਕ ਵਹਾਂ ਕਬਜ਼ਾ ਥਾ। ਯੇ 4-5 ਗਾਂਵ ਹੈ, ਪੱਕਾ ਚੂੜੀ ਵਾਲਾ, ਬੇਰੀ ਵਾਲਾ, ਖਾਨਪੁਰ ਕਾ, ਆਧੇ ਘੰਟੇ ਬਾਅਦ ਕਬਜ਼ਾ ਹੋ ਗਿਆ। ਇੱਕ ਹਮਾਰੇ ਗਾਂਵ ਕਾ ਹੀ ਆਦਮੀ ਰਹਿ ਗਿਆ, ਉਸਕੋ ਲੈ ਗਿਆ, ਉਸਕੋ ਬਾਅਦ ਮੇ ਜੰਗ ਕੇ ਬਾਅਦ ਦਿਆ ਥਾ, 6-7 ਮਹੀਨੇ ਬਾਅਦ ਦਿਆ ਥਾ। ਹਮਨੇ ਸੁਣਾ ਕਿ ਯਹਾਂ ਇੱਕ ਕੋਠੀ ਹੁਆ ਕਰਤੀ ਥੀ, ਵੋ ਯਹਾਂ ਇੱਕ ਕੋਠੀ ਥੀ ਹਮਾਰੇ ਦਾਦੇ ਕੀ, ਵੋ ਹੀ ਉਖੇੜ ਲੈ ਗਏ, ਵੋ ਹੀ ਬਹੁਤ ਤਕੜੀ ਥੀ, ਉਖੇੜ ਲੈ ਗਏ ਵੋ 70 ਕਮਰਾ ਆ ਗਏ। ਅਭੀ ਅੰਕਲ ਜੀ, ਜਿਸ ਤਰ੍ਹਾਂ ਕੇ ਹਾਲਾਤ ਬਣ ਰਹੇ ਹੈ ਨਾ ਹਿੰਦੁਸਤਾਨ ਔਰ ਪਾਕਿਸਤਾਨ ਕੇ ਬੀਚ ਮੇ, ਤੋ ਆਪਕੋ ਕਿਸ ਤਰ੍ਹਾਂ ਕੀ ਅਬ ਸਮੱਸਿਆ ਆ ਰਹੀ? ਸਮੱਸਿਆ ਮਾਨੇ ਤੋ ਆਈ ਹੈ ਬਈ, ਕਿ ਵੀ ਅੱਠੇ ਮਾਨੇ ਗੇਰਾ ਗੁੱਡਰ ਔਰ ਬਾਕੀ ਕੋ ਡਰ ਕੋਈ, ਗੋਲੀ ਤਾਂ ਮਰਨੋ ਹੀ ਮਰਨੋ ਹੈ। ਗੇਰਾ ਗੁੱਡਰ ਹੈ, ਇੱਕ ਜਗ੍ਹਾ ਮਾਰੋ ਪੁਲ ਹੈ ਨਾ, ਵੋ ਹੈ ਬੇਕਾਰ ਹੈ, ਵੀ ਪੁਲ ਕੇ ਮਾਟੀ ਲੱਗ ਰਹੀ ਤਾਂ ਮੈਂ ਆਰ ਪਾਰ ਜਾ ਸਕਾਂ, ਕਦ ਵੀ ਜੰਗ ਹੋਵੇ ਤੋ ਵੀ, ਜਬ ਮੈਂ ਅਬ ਸ਼ਾਮ ਨੇ ਬਾਜਾਂ ਫਿਰ ਦਿਨ ਗਏ ਆਵਾਂ, ਸ਼ਾਮ ਨੇ ਬਾਜਾਂ ਦਿਨ ਗਏ ਆਵਾਂ, ਆਹ ਸਮੱਸਿਆ ਹੈ। तकड़ी कोई समस्या कौन मारे? अभी हमने सुना है कि गांव में बच्चों के दहेज के लिए सामान जोड़ के रखा है, तो अगर इस तरह के हालात बन गए फिर क्या होगा? बच्चा को सामान है तो वो अट्ठे ही छोड़ जाएगा, मैं उठावा को नहीं, आपकी जान बचावांगा, सामान नहीं उठावा। नुकसान होगा फिर तो? हाँ, नुकसान होगा, फसलों की होगा, माल पशु का होगा, उस्मान का होगा, बच्चों का होगा, क्यों ये ट्रैक्टर ट्राली या बहुत ਹੈ ਸਾਰੋਂ ਕੇ ਪਾਸ, ਉਹ ਐਸੇ ਆਤੀ ਹੈ, ਰਿਸ਼ਤੇਦਾਰੋਂ ਕੀ ਟਰਾਲੀ ਆਤੀ ਹੈ, ਕੋਈ ਡਰਤਾ ਉਖਾੜ ਹੀ ਰਹਾ ਹੈ। ਇਸੇ ਤੋਂ ਅੱਛਾ ਹੈ ਇੱਕ ਵਾਰ ਹਿੰਦੁਸਤਾਨ ਵਾਲੇ ਸਾਰੇ ਉਗਰਵਾਦੀਓ ਪਰ ਅਟੈਕ ਕਰਦੇ, ਇਕੱਠਾ ਹੀ ਖਤਮ ਹੋ ਜਾਏ, ਤੋ ਇੱਕ ਵਾਰ ਹੀ ਝੇਲਣਾ ਪੜੇ। ਇਹ ਗਾਂਵ ਕਿੰਨੀ ਵਾਰ ਕਬਜ਼ੇ ਮੇ ਆ ਗਿਆ? ਦੋ ਵਾਰ ਆ ਗਿਆ ਕਬਜ਼ੇ ਮੇ, 65 ਮੇ ਆ ਗਿਆ, 71 ਮੇ ਆ ਗਿਆ। ਜੀ, ਫਿਰ ਦੁਬਾਰਾ ਆਪਨੇ ਬਸਾ? ਹਾਂ, ਦੁਬਾਰਾ ਬਸਾ ਲਿਆ। ਹਾਂ, ਤਾਂ ਬਿਲਕੁਲ ਇਹ ਸੀ ਫਾਜ਼ਿਲਕਾ ਦੇ ਪਿੰਡ ਖਾਨਪੁਰ ਦੇ ਵਾਸੀ, ਜਦੋਂ ਜੋ ਸਨ 71 ਅਤੇ 65 ਦੇ ਵਿੱਚ ਜੋ ਲੜਾਈ ਹੋਈ ਸੀ, ਜੰਗ ਛਿੜੀ ਸੀ, ਉਸ ਦੇ ਵਿੱਚ ਇਹ ਪੂਰਾ ਪਿੰਡ ਦੋ ਵਾਰ ਕਬਜ਼ੇ ਦੇ ਵਿੱਚ ਆ ਗਿਆ ਅਤੇ ਤਮਾਮ ਜਿਹੜੀ ਇੱਥੇ ਚੀਜ਼ਾਂ ਸੀ ਇਹਨਾਂ ਪਿੰਡ ਵਾਲਿਆਂ ਦੀ, ਉਹ ਲੈ ਕੇ ਇੱਥੋਂ ਚੋਰੀ ਹੋ ਗਈਆਂ, ਕੁਝ ਵੀ ਇਹਨਾਂ ਨੂੰ ਇੱਥੇ ਨਹੀਂ ਮਿਲਿਆ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਪਿੰਡ ਖਾਨਪੁਰ, ਫਾਜ਼ਿਲਕਾ।